ਅਮਰੀਕਾ ਵਿੱਚ ਪੰਜਾਬੀ ਮੂਲ ਦੀ ਰਿਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ ਰੰਦਾਵਾ ਤੇ ਉੱਥੋਂ ਦੇ ਮਸ਼ਹੂਰ ਲੇਖਿਕਾ ਅਤੇ ਵਕੀਲ ਐਨ ਨੇ ਨਸਲੀ ਟਿੱਪਣੀਆਂ ਕੀਤੀਆਂ ਨੇ ਇੱਕ ਪੋਡਕਾਸਟ ਦੇ ਦੌਰਾਨ ਉਹਨਾਂ ਨੇ ਨਿੱਕੀ ਹੇਲੀ ਨੂੰ ਕਿਹਾ ਤੁਸੀਂ ਆਪਣੇ ਦੇਸ਼ ਭਾਰਤ ਵਾਪਸ ਕਿਉਂ ਨਹੀਂ ਚਲੇ ਜਾਂਦੇ ਨਿੱਕੀ ਹੇਲੀ ਤੇ ਹਮਲਾ ਕਰਦੇ ਹੋਏ ਐਨ ਨੇ ਭਾਰਤ ਦੇ ਸੱਭਿਆਚਾਰ ਤੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਨੇ ਉਸਨੇ ਕਿਹਾ ਗਊਆਂ ਦੀ ਪੂਜਾ ਕੌਣ ਕਰਦਾ ਹੈ ਭਾਰਤ ਵਿੱਚ ਹਰ ਕੋਈ ਭੁੱਖਾ ਮਾਰ ਰਿਹਾ ਹੈ ਇੱਥੇ ਜੂਹਾਂ ਦੇ ਮੰਦਰ ਨੇ ਦੱਸਦੀ ਹੈ ਕਿ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ 15 ਫਰਵਰੀ ਨੂੰ ਹੀ ਰਿਪਬਲਿਕਨ ਪਾਰਟੀ ਦੇ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਦਾ ਦਾਵਾ ਪੇਸ਼ ਕੀਤਾ ਸੀ ਕੌਲਟਰ ਕਹਾਂ ਕਿ ਨਿੱਕੀ ਹੈਲੀ ਨੂੰ 2% ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ ਐਂਕਾਉਂਟਰ ਨੇ ਹੈਲੀ ਦੇ ਕਿਰਦਾਰ ਨੂੰ ਹਾਸੋਹੀਣ ਦੱਸਿਆ ਇਸ ਦੇ ਨਾਲ ਹੀ ਕਿਹਾ ਕਿ ਹੈਲੀ ਦਾ ਸਮਰਥਨ ਕਰਨ ਵਾਲੇ ਲੋਕ ਔਰਤਾਂ ਨੂੰ ਨਫ਼ਰਤ ਕਰਨ ਵਾਲੇ ਨੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਨ ਕਲਟਰ ਨੇ ਨਿੱਕੀ ਹੈਲੀ ਤੇ ਅਜਹੀ ਨਸਲੀ ਟਿੱਪਣੀ ਕੀਤੀ ਹੈ ਇਸ ਤੋਂ ਪਹਿਲਾਂ ਸਾਲ 2016 ਚ ਉਸਨੇ ਟਰੰਪ ਨੂੰ ਨਿੱਕੀ ਹੈਲੀ ਨੂੰ ਭਾਰਤ ਵਾਪਸ ਭੇਜਣ ਲਈ ਕਿਹਾ ਸੀ 2015 ਚ ਜਦੋਂ ਹੈਲੀ ਨੇ ਗੋਲੀਬਾਰੀ ਤੋਂ ਬਾਅਦ ਸਾਊਥ ਕੈਰੋਲਿਨਾ ਦੇ ਵਿੱਚ ਸਟੇਟ ਹਾਊਸ ਉੱਤੇ ਝੰਡੇ ਨੂੰ ਹੇਠਾਂ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਉਸਨੇ ਉਦੋਂ ਵੀ ਨਿੱਕੀ ਹੈਲੀ ਨੂੰ ਬੇਫਕੂਫ ਕੇ ਹਾਸੇ ਜ਼ਿਕਰ ਇਹ ਹੋ ਗਿਆ ਕਿ ਹੈਲੀ ਦੋ ਵਾਰ ਦੱਖਣੀ ਕੈਰੋਲਿਨਾ ਦੀ ਗਵਰਨਰ ਰਹਿ ਚੁੱਕੀ ਹੈ ਅਤੇ ਉਹਨਾਂ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕਾ ਦੀ ਰਾਜਦੂਤ ਵਜੋਂ ਵੀ ਸੇਵਾਵਾਂ ਨਿਭਾਈਆਂ ਨੇ